ਗੱਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ, ਤੁਸੀਂ ਦੇਖ ਰਹੇ ਹੋ ਸਾਡਾ ਯੂਟਿਊਬ ਚੈਨਲ। ਸਬਸਕ੍ਰਾਈਬ ਕਰੋ ਅਤੇ ਨਾਲ ਹੀ ਆਈਕਨ ਬੈਲ ਬਟਨ ਨੂੰ ਦਬਾਓ ਤਾਂ ਕਿ ਸਾਡੀਆਂ ਸਾਰੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ ਅਤੇ ਅਸੀਂ ਆਪਣੇ ਆਫਿਸ ਤੋਂ ਤੁਹਾਡੇ ਨਾਲ ਅੱਜ ਇੰਟਰਵਿਊ ਕਰ ਰਹੇ ਹਾਂ। ਅਸੀਂ ਆਪਣੇ ਕੋਰ ਨਿਊ ਸਟੈਟ ਦੇ ਨਾਲ ਸਟੂਡੈਂਟਸ ਦੇ ਨਾਲ, ਭਾਜੀ ਹੋਣਾਂ ਦੇ ਨਾਲ। ਭਾਜੀ ਹੋਣਾਂ ਦਾ ਨਾਮ ਹੈ ਯਾਸਿਰ ਮੁਸਤਫਾ, ਪਾਕਿਸਤਾਨ ਤੋਂ ਬਿਲੋਂਗ ਕਰਦੇ ਨੇ ਭਾਜੀ ਹੋਣੀ। ਅਤੇ ਇਹਨਾਂ ਨੇ ਸਾਡੇ ਫੋਨ ਦੀ ਜਿਹੜਾ ਆਫਿਸ ਆ ਨੀਟ ਆਈ ਟਾਲੇ ਡਰਾਈਵਿੰਗ ਲਾਇਸੈਂਸ, ਜਿੱਥੇ ਅਸੀਂ ਕੋਚਿੰਗ ਕਲਾਸਿਸ ਦਿੰਦੇ ਹਾਂ ਬੀ ਲਾਇਸੈਂਸ ਦੀਆਂ, ਅਤੇ ਉਹ ਉਹਨਾਂ ਨੇ ਸਾਡੇ ਕੋਲੋਂ ਆਪਣੀ ਜਿਹੜੀ ਕੋਚਿੰਗ ਲੈ ਕੇ ਬੀ ਲਾਇਸੈਂਸ ਦੀ, ਅਤੇ ਕੱਲ੍ਹ ਇਹਨਾਂ ਨੇ ਆਪਣਾ ਜਿਹੜਾ ਪੇਪਰ ਆ ਉਹ ਜਿਹੜਾ ਐਗਜ਼ਾਮ ਆ ਸੁਪੇਰਾਦੂ ਕੀਤਾ ਹੈ, ਪਾਸ ਕੀਤਾ ਹੈ। ਆਹ ਉਹਨਾਂ ਦੀ ਪ੍ਰਾਪਤੀਕਾ ਵਾ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਉਹਨਾਂ ਦੀ ਫਾਈਲ ਦੇ ਉੱਪਰ ਹੀ ਦੋਨੇ ਲਿਖਿਆ ਹੋਇਆ ਹੈ, ਦੋਨੇ ਦਾ ਮਤਲਬ ਆ ਕਿ ਪਾਸ ਨੇ, ਅਤੇ ਪਾਸ ਵੀ ਮਤਲਬ ਕੱਲ੍ਹ ਪਹਿਲੀ ਵਾਰੀ ਇਹਨਾਂ ਨੇ ਟੈਸਟ ਦਿੱਤਾ ਵਾ ਅਤੇ ਪਹਿਲੀ ਵਾਰੀ ਇਹ ਪਾਸ ਹੋਏ ਨੇ। ਅਤੇ ਮੈਂ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਂਦਾ ਵਾਂ। ਕਾਫੀ ਮਤਲਬ ਬੜੇ ਹੀ ਵਧੀਆ ਸਟੂਡੈਂਟ ਰਹੇ ਨੇ ਸਾਡੇ, ਅਤੇ ਬੜੀ ਮਿਹਨਤ ਕੀਤੀ ਇਹਨਾਂ ਨੇ, ਅਤੇ ਮਿਹਨਤ ਦਾ ਫਲ ਅੱਜ ਇਹਨਾਂ ਨੂੰ ਮਿਲਿਆ ਹੈ। ਅਤੇ ਅਸੀਂ ਭਾਈ ਯਾਸਿਰ ਹੋਣਾਂ ਨੂੰ ਵਧਾਈ ਦਿੰਦੇ ਹਾਂ ਕਿ ਕੱਲ੍ਹ ਪਾਸ ਹੋਏ ਨੇ, ਅਤੇ ਆਪਣੇ ਬਾਰੇ ਤੁਹਾਨੂੰ ਥੋੜ੍ਹਾ ਦੱਸਣਗੇ ਵੀ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਉਹਨਾਂ ਦਾ ਸਾਡੇ ਕੋਲ ਕੋਚਿੰਗ ਕਲਾਸ ਲੈ ਕੇ। ਭਾਜੀ ਫਸਟ ਆਫ ਆਲ ਜੀ ਥੈਂਕਸ ਐਂਡ ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਸਭ ਨੂੰ, ਸਭ ਦੋਸਤਾਂ ਨੂੰ। ਔਰ ਸਭ ਤੋਂ ਪਹਿਲਾਂ ਮੈਂ ਥੈਂਕਸ ਕਰਾਂਗਾ ਰਾਣਾ ਭਾਜੀਆਂ ਦਾ, ਔਰ ਕਿਉਂਕਿ ਰਾਣਾ ਬਾਜੀ ਔਰ ਸਪੈਸ਼ਲੀ ਨੀਤਾ ਬਾਜੀ, ਉਹਨਾਂ ਦਾ ਟੋਟਲੀ ਗਰੁੱਪ ਰੋਮੀਓ ਕਿੰਦੀ ਬਾਜੀ, ਹਾਂਜੀ ਲਖਵਿੰਦਰ ਬਾਜੀ, ਹਾਂ ਲਖਵਿੰਦਰ ਬਾਜੀ, ਕਮਲਜੀਤ ਰੋਮੀ, ਹਾਂਜੀ ਇਹਨਾਂ ਦਾ ਸਾਰਾ ਗਰੁੱਪ, ਕਿਉਂਕਿ ਕਿਸੇ ਟਾਈਮ ਇਹ ਹੋ ਜਾਂਦਾ ਕਿ ਕੋਈ ਕਿਸੇ ਕੰਮ ਦੀ ਵਜ੍ਹਾ ਨਾਲ ਕੋਈ ਮਿਸ ਹੋ ਜਾਂਦਾ, ਅਤੇ ਦੂਸਰੇ ਮੇਰਾ ਮਕਸਦ ਇਹਨਾਂ ਦੇ ਗਰੁੱਪ ਦੇ ਆ ਕੇ ਇਹਨਾਂ ਨੇ ਕਲਾਸ ਲੈਣੀ ਹੈ, ਅਟੈਂਡ ਕਰਨੀ ਹੈ, ਕਲਾਸ ਮਿਸ ਨਹੀਂ ਕਰਨੀ ਹੈ, ਕਿਉਂਕਿ ਜਿੰਨੇ ਵੀ ਸਟੂਡੈਂਟਸ ਨੇ ਉਹ ਇੱਥੇ ਐਗਰੀਕਲਚਰ ਦੀ ਫੀਲਡ ਨਾਲ ਤਾਲੁਕ ਰੱਖਦੇ ਨੇ, ਕੋਈ ਨੇਰ ਸਵੇਰ ਹੋ ਜਾਂਦੀ ਹੈ, ਲੇਕਿਨ ਇਹਨਾਂ ਨੇ ਆਪਣੀ ਜਿਹੜੀ ਹੈ ਸਟੱਡੀ ਸਟੂਡੈਂਟ ਦੀ ਉਹ ਬਿਲਕੁਲ ਮਿਸ ਨਹੀਂ ਕੀਤੀ ਹੈ। ਔਰ ਮੈਂ ਸਾਰਾ ਕ੍ਰੈਡਿਟ ਇਹਨਾਂ ਨੂੰ ਦੇਵਾਂਗਾ ਕਿ ਇਹਨਾਂ ਨੇ ਜਿਸ ਤਰ੍ਹਾਂ ਕਿ ਆਪਣੇ ਸਟੂਡੈਂਟਸ ਨੂੰ ਇਸ ਕਾਬਿਲ ਬਣਾਇਆ, ਇਸ ਜੋਬ ਬਣਾਇਆ ਕਿ ਉਹ ਫਸਟ ਟਾਈਮ ਜਾ ਕੇ ਜੋ ਹੈ ਆਪਣਾ ਇਗਜ਼ਾਮ ਉਹ ਕਲੀਅਰ ਕਰ ਸਕਦੇ ਨੇ, ਸੁਪਰਾਤੋ ਕਰ ਸਕਦੇ ਨੇ, ਅਦੋਨੀਆਂ ਕਰ ਸਕਦੇ ਨੇ। ਅਤੇ ਮੈਂ ਫਸਟ ਆਫ ਆਲ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਨਾ, ਬਹੁਤ ਬਹੁਤ ਥੈਂਕਸ ਕਰਨਾ ਰਾਣਾ ਭਾਜੀ ਤੁਹਾਡਾ, ਧੰਨਵਾਦ ਤੁਹਾਡੇ, ਬਹੁਤ ਜਿਤਨਾ ਵੀ ਸਾਰਾ ਗਰੁੱਪ ਹੈ ਸਪੈਸ਼ਲੀ ਨੀਤਾ ਭਾਜੀ ਦੀ, ਬਹੁਤ ਬਹੁਤ ਉਹ ਐਫਰਟਸ ਕਰਦੇ ਨੇ, ਹਾਂਜੀ ਹਾਂਜੀ, ਉਹ ਤਾਂ ਬਹੁਤ ਕਹਿੰਦੇ ਸਾਡੇ ਵਰਗੇ ਜਿਹੜੇ ਹੈ ਨੇ ਇੱਕ ਨੇਕ ਇਨਸਾਨ ਨੇ ਜਿਨ੍ਹਾਂ ਨੇ ਤੇ ਇਸ ਏਰੀਏ ਦੇ ਵਿੱਚ, ਅੱਜ ਤੋਂ ਕੋਈ 1 ਸਾਲ ਪਹਿਲਾਂ ਦੀ ਗੱਲ ਆ, 6 ਮਹੀਨੇ 7 ਮਹੀਨੇ ਦੀ ਗੱਲ ਕਰਦੇ ਆਪਾਂ, ਬਿਲਕੁਲ ਬਿਲਕੁਲ, ਇੱਥੇ ਸਾਰੇ ਲਾਇਸੈਂਸ ਕਰਨ ਤੋਂ ਡਰਦੇ ਸੀਗੇ ਕਿਉਂਕਿ ਬੋਲੀ ਨਾ ਆਉਣ ਕਾਰਨ, ਜੇ ਆਪਾਂ ਕਿਸੇ ਟਾਲੇ ਸਕੂਲ 'ਚ ਜਾਂਦੇ ਹਾਂ ਤੇ ਇੰਨੀ ਸਾਨੂੰ ਸਮਝ ਨਹੀਂ ਲੱਗਦੀ ਹੈਗੀ, ਨਹੀਂ ਲੱਗਦੀ ਬਿਲਕੁਲ, ਤੇ ਬੜਾ ਸੀ ਥੈਂਕਸਫੁਲ ਕਰਦੇ ਆ ਭਾਜੀ ਉਹਨਾਂ ਦੇ ਕਿ ਉਹਨਾਂ ਨੇ ਇੱਥੇ ਬ੍ਰਾਂਚ ਖੋਲੀ ਆ, ਬਿਲਕੁਲ ਬਹੁਤ ਬਹੁਤ ਜ਼ਿਆਦਾ ਅਪਰਚੁਨਿਟੀ ਹੈ ਸਾਡੇ ਜੇ ਲੋਕਾਂ ਵਾਸਤੇ ਕਿ ਜੇ ਇਹਨਾਂ ਨੇ ਇੱਥੇ ਆ ਕੇ ਆਫਿਸ ਜਿਹੜਾ ਇਹ ਸਟਾਰਟ ਕੀਤਾ, ਕਲਾਸਿਸ ਲਈਆਂ, ਕਾਫੀ ਜ਼ਿਆਦਾ ਸਟੂਡੈਂਟ ਜਿਹੜੇ ਨੇ ਇੱਥੋਂ ਜਿਹੜਾ ਸੁਪਰਾਤ ਹੋ ਕੇ ਗਏ ਨੇ, ਬਲਕਿ ਸੀ ਲਾਇਸੈਂਸ ਵਿੱਚ ਵੀ ਅੱਗੇ ਜਾ ਰਹੇ ਨੇ, ਯਾਨੀ ਕਿ ਥਰੂ ਇਹਨਾਂ ਦੇ ਜਾ ਰਹੇ ਨੇ, ਅਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਥੈਂਕਸ ਕਹਾਂਗਾ ਅਗੇਨ। ਔਰ ਜਿਤਨੇ ਮੇਰੇ ਸਟੂਡੈਂਟਸ ਇੱਥੇ ਜਿਹੜੇ ਕਿ ਮੇਰੇ ਨਾਲ ਰਹੇ ਨੇ ਕਲਾਸਿਸ ਵਿੱਚ, ਮੈਂ ਉਹਨਾਂ ਦਾ ਵੀ ਥੈਂਕਸ ਕਰਾਂਗਾ ਕਿ ਉਹਨਾਂ ਨੇ ਮੇਰੇ ਨਾਲ ਬਹੁਤ ਅੱਛਾ ਯਾਨੀ ਕਿ ਇੱਕ ਵਰਤਾਓ, ਇੱਕ ਬਹੁਤ ਅੱਛਾ ਫਰੈਂਡਲੀ ਯਾਨੀ ਕਿ ਮਾਹੌਲ ਬਣਾ ਕੇ ਰੱਖਿਆ, ਜਿਨ੍ਹਾਂ ਦੀ ਕਹਿ ਲਓ ਬਦੌਲਤ ਕਿ ਮੈਂ ਅੱਜ ਸੁਪਰਾਤ ਹੋ ਸਕਿਆ ਹਾਂ, ਕਿਉਂਕਿ ਇੱਕ ਫਰੈਂਡਸ ਟੂ ਫਰੈਂਡਸ ਕੋਆਰਡੀਨੇਸ਼ਨ ਜਿਹੜਾ ਹੁੰਦਾ ਵਾ ਬਹੁਤ ਮਾਇਨੀ ਰੱਖਦਾ ਵਾ, ਇੱਕ ਬਹੁਤ ਜਿਹੜਾ ਵਾ ਇੱਕ ਰੱਖਦਾ ਵਾ ਕਿ ਇਨਸਾਨ ਦੇ ਵਿੱਚ ਕਿ ਉਹ ਇਸ ਮਰਹਲੇ ਤੇ ਪਹੁੰਚ ਸਕੇ। ਬਹੁਤ ਬਹੁਤ ਥੈਂਕਸ ਦਾਸਿਰ ਭਾਜੀ। ਤੇ ਆਪਾਂ ਗੱਲ ਕਰਦੇ ਹਾਂ ਕਿ ਕੁਝ ਸਟੂਡੈਂਟਸ ਕਹਿੰਦੇ ਨੇ ਵੀ ਮਤਲਬ ਜਿੱਦਾਂ ਪੇਪਰ ਹੁੰਦਾ ਹੈ, ਜਿੱਦਾਂ ਆਪਾਂ ਪੜ੍ਹ ਰਹੇ ਹਾਂ, ਕੁਝ ਕੁਇਜ ਕਰਦੇ ਆਪਾਂ ਫੋਨ ਦੇ ਉੱਪਰ, ਥੋੜਾ ਟਫ ਹੁੰਦੇ ਨੇ, ਟਫ ਹੁੰਦੇ ਨੇ, ਪਰ ਜਿਹੜਾ ਉੱਥੇ ਟੈਸਟ ਕਿਵੇਂ ਦਾ ਤੁਹਾਨੂੰ ਆਇਆ ਜਿਹੜਾ ਕਹਿ ਸਕਦੇ ਆਪਾਂ ਉਹਨਾਂ ਨੂੰ? ਬਿਲਕੁਲ ਜੀ, ਇਹਦੇ ਨਹੀਂ ਵੀ ਆਉਂਦੇ ਹੈ ਕਿਸੇ ਵਜ੍ਹਾ ਨਾਲ, ਟਾਈਮ ਨਹੀਂ ਹੈ, ਤੇ ਇਹਨਾਂ ਨੇ ਆਪਣੀ ਆਈਡੀ ਜਿਹੜੀ ਆ ਉਹ ਲਾਂਚ ਕੀਤੀ ਹੈ, ਤੁਸੀਂ ਘਰ ਬਹਿ ਕੇ ਵੀ ਈਜ਼ੀਲੀ ਤੁਸੀਂ ਆਪਣਾ ਫੋਨ ਓਪਨ ਕਰੋ, ਬੁੱਕ ਓਪਨ ਕਰੋ, ਨਾ ਕਰੋ, ਟੋਟਲੀ ਏ ਟੂ ਜ਼ੈਡ ਇਹਨਾਂ ਨੇ ਉੱਥੇ ਬਰੀਫ ਕੀਤੇ ਆ ਵੈ, ਤੁਸੀਂ ਘਰ ਬਹਿ ਕੇ ਪੜ੍ਹਨਾ ਚਾਹੋ ਘਰ ਬਹਿ ਕੇ ਪੜ੍ਹ ਸਕਦੇ ਹੋ, ਇੱਥੇ ਆ ਕੇ ਪੜ੍ਹਨਾ ਚਾਹੋਗੇ ਤੁਹਾਡੇ ਕੋਲ ਟਾਈਮ ਹੈ ਇੱਥੇ ਆ ਕੇ ਪੜ੍ਹੋ,
नो प्रॉब्लम। जिथे तक सवाल है कि जी उत्थे एग्जाम दा, एग्जाम उत्थे बिल्कुल नॉर्मल होंदा है। एक स्टूडेंट है अगर इत्थे क्लासेस लई है या तुहाडा के आईडीयू पढ़े आ, तो उहनूं कोई मसला नहीं है, उत्थे बिल्कुल ईजी होंदा है। बाकी ये इंसान की अपनी कोशिश होंदी है कि वो जितनी मेहनत कर सके, सब तो बस इंसान का अपना ही गल। हाँ जी, चलो साडा असीं अपने नूं बेस्ट दिंदे आ सारे नूं। अच्छा थैंक्स। कि जिहड़ा भी स्टूडेंट साडे नाल जुड़दा है, कदी असीं आपां नूं दूर नहीं कीता अपने तों। बिल्कुल। कि जे उहनां नूं समझ नहीं लगदी किसी चीज़ की, व्हाट्सएप ते सानूं कॉल कर सकदे ने, मैसेज कर सकदे ने। बिल्कुल। कि इस चीज़ की सानूं समझ नहीं आ रही, ते सो असीं तुहाडा फिर बड़ा थैंक्सफुल हाँ कि तुसीं 10 मिनट साडे वास्ते कढ़े। बड़ी खुशी की गल है जो साडा कोई स्टूडेंट पास हुंदा है, सानू उन्हां दे नालों ज्यादा खुशी हुंदी आ कि वो साडे को कोचिंग लैके अगे वध रहे ने। ते जिहड़े साडे स्टूडेंट आ रहे ने, ते उन्हां वास्ते भी असीं यही कहांगे, तुसीं वधिया तरीके दे नाल सिखो, पढ़ो, ते अगे लाइसेंस बी लाइसेंस लैके ते अपनी तरक्कियां वल। मैं राणा भाजी सब जिहड़े नवियां वाला ने स्टूडेंट्स ने, जिहड़े कि इत्थे स्टडी कर रहे ने, जिहड़े कि पढ़ रहे ने, उन्हां नूं मेरा यही मैसेज है कि बिल्कुल भी कॉन्फिडेंस लो ना करन, और अपने दिलो जान नाल जिहड़ा ना तैयारी करन। इत्थे मुश्किल नहीं है, बिल्कुल मुश्किल नहीं है, और ये वक्त दे नाल नाल ही हुंदा है, क्योंकि एज बाई एज, डे बाई डे जिहड़ा ये तुहाडे वास्ते पैज ही होएगा। तो बेहतर यह है कि तुसीं गलबात कर सकते हो। सो सारे यही साडे वालों सलाह वा, जिदा भाजी ने कह रहे हैं कि कुछ डिपेंड इन्हों पर भी करता स्टूडेंट्स से भी, असी जी तू तालीम दे रहे हैं, जोड़ा असं तुम स्टडी करा रहे हैं, तुम घर बैठ के उसते गौर करो, तो तुम डबल फायदा होगा इस चीज़ का। एक तो क्लास ला के जाते जो, तो प्लस तुम जरा घर बैठ के अपनी जी ऑनलाइन साड़ी वैबसाइट चल रही है नीट इटालियन ड्राइविंग एक्सिस, तो उतों तुम जाके रिविजन कर सकते हो। सो सारे सत श्रीकाल, जसप भाई तुम बहुत 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 थैंक्स, आने वाला फ्यूचर इंशाल्लाह सब कुछ वधिया। सत श्रीकाल जी सारे, नैक्सट टाइम असं नैक्सट स्टूडेंट के नाल अपने फिर वीडियो लैके आ जाएंगे। तद तक सारे सत श्रीकाल जी।